ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 12 ਸਾਲ ਦੇ ਮਾਸੂਮ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਬੀਤੇ ਦਿਨਾਂ ਬਸੰਤ ਪੰਚਮੀ ਸੀ, ਇਸ ਦਿਨ ਲੋਕ ਵੱਡੀ ਗਿਣਤੀ ਦੇ ਵਿੱਚ ਪਤੰਗ ਉਡਾਉਂਦੇ ਨੇ ਤੇ ਇਹ ਬੱਚਾ ਵੀ ਪਤੰਗ ਲੁੱਟਣ ਦੇ ਲਈ ਖੇਤਾਂ ਦੇ ਵਿੱਚ ਗਿਆ ਸੀ। ਸ਼ਾਇਦ ਇਸ ਨੂੰ ਨਹੀਂ ਸੀ ਪਤਾ ਕਿ ਇਸ ਦਾ ਉੱਥੇ ਮੌਤ ਜੋ ਹੈ ਇੰਤਜ਼ਾਰ ਕਰ ਰਹੀ ਹੈ। ਜਿਵੇਂ ਹੀ ਇਹ ਖੇਤਾਂ ਦੇ ਵਿੱਚ ਪਤੰਗ ਲੁੱਟਣ ਪਹੁੰਚਿਆ ਤਾਂ ਉੱਥੇ ਖੂੰਖਾਰ ਕੁੱਤਿਆਂ ਨੇ ਇਸ ਦੇ ਉੱਤੇ ਹਮਲਾ ਕਰ ਦਿੱਤਾ। ਦੱਸਦੀਏ ਕਿ ਇਸ ਦੀ ਲੱਤਾਂ ਨੂੰ ਜੋ ਹੈ ਉਹ ਨੋਚਿਆ ਗਿਆ, ਹਾਲਾਂਕਿ ਸਰੀਰ ਦੇ ਉੱਪਰ ਵੀ ਕਾਫੀ ਜ਼ਿਆਦਾ ਜ਼ਖਮਾਂ ਦੇ ਨਿਸ਼ਾਨ ਦੇਖਣ ਨੂੰ ਮਿਲੇ ਨੇ। ਹਾਲਾਂਕਿ ਤਸਵੀਰਾਂ ਬੇਹੱਦ ਹੀ ਕਿਹਾ ਜਾ ਸਕਦਾ ਹੈ ਕਿ ਖੌਫਨਾਕ ਸਾਹਮਣੇ ਆਈਆਂ ਨੇ, ਜੋ ਕਿ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ। ਪਰ ਕਿਤੇ ਨਾ ਕਿਤੇ ਅਵਾਰਾ ਕੁੱਤਿਆਂ ਨੇ ਇੱਕ ਵਾਰ ਫਿਰ ਤੋਂ ਇੱਕ 12 ਸਾਲ ਦੇ ਮਾਸੂਮ ਦੀ ਜਾਨ ਲੈ ਲਈ ਹੈ। ਕਿਹਾ ਜਾ ਰਿਹਾ ਕਿ ਜ਼ਖਮੀ ਹਾਲਤ ਦੇ ਵਿੱਚ ਇਸਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਇਸਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਬੇਹੱਦ ਹੀ ਮਦਭਾਗੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ 12 ਸਾਲ ਦੇ ਮਾਸੂਮ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕਿਹਾ ਜਾ ਰਿਹਾ ਕਿ ਆਪਣੇ ਘਰ ਤੋਂ ਥੋੜ੍ਹੀ ਦੂਰੀ ਦੇ ਉੱਤੇ ਖੇਤ ਸੀ, ਉੱਥੇ ਪਤੰਗ ਲੁੱਟਣ ਦੇ ਲਈ ਜਦੋਂ ਪਹੁੰਚਦਾ ਹੈ ਤਾਂ ਪਹਿਲਾਂ ਤੋਂ ਹੀ ਉੱਥੇ ਮੌਜੂਦ ਕੁੱਤੇ ਜੋ ਸੀ ਇਸਦੇ ਉੱਤੇ ਹਮਲਾ ਕਰ ਦਿੰਦੇ ਨੇ, ਜਿਸਦੇ ਕਾਰਨ ਕਿਹਾ ਜਾ ਰਿਹਾ ਕਿ ਇਹ ਮਾਸੂਮ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਪਰ ਕਿਹਾ ਜਾ ਰਿਹਾ ਕਿ ਉੱਥੇ ਇਸਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਤਾਂ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਕੁੱਤਿਆਂ ਨੂੰ ਲੈ ਕੇ ਖੌਫ ਹੈ, ਉੱਥੇ ਹੀ ਪ੍ਰਸ਼ਾਸਨ ਦੇ ਕੋਲ ਵੀ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਅਵਾਰਾ ਕੁੱਤਿਆਂ ਦਾ ਕੋਈ ਹੱਲ ਕੱਢਿਆ ਜਾਵੇ, ਕਿਉਂਕਿ ਆਏ ਦਿਨ ਕੁੱਤੇ ਜੋ ਨੇ ਉਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ। ਆਏ ਦਿਨ ਕੁੱਤਿਆਂ ਦੇ ਕਾਰਨ ਕਈ ਸੜਕੀ ਹਾਦਸੇ ਵੀ ਵਾਪਰ ਰਹੇ ਨੇ। ਤਾਂ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇੱਕ 12 ਸਾਲ ਦੇ ਮਾਸੂਮ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਰਨਵੀਰ ਸਿੰਘ ਵਜੋਂ ਇਸ ਮਾਸੂਮ ਦੀ ਪਹਿਚਾਣ ਹੋਈ ਹੈ। ਮਾਮਲਾ ਤਾਂ ਪੂਰਾ ਇਹ ਅਵਾਰਾ ਕੁੱਤੇ ਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜੀ। ਬੱਚੇ ਇੱਥੇ ਪਤੰਗ ਲੁੱਟਦੇ ਫਿਰਦੇ ਸੀ, ਜਿਵੇਂ ਕੱਟ ਗਿਆ ਭੱਜ ਲਏ ਜੀ ਬਸ, ਉੱਥੇ ਜਾ ਕੇ ਕੁੱਤਿਆਂ ਦੇ ਕਿਤੇ ਬੱਚਾ ਇਕੱਲਾ ਸੀ ਜੀ, ਕੁੱਤਿਆਂ ਨੇ ਹਮਲਾ ਕਰਤਾ ਜੀ, ਬਹੁਤ ਬੁਰੀ ਤਰ੍ਹਾਂ ਕੱਟਿਆ ਹੋਇਆ, ਸਾਰੇ ਹੀ ਤਕਰੀਬਨ ਹੈ ਨਹੀਂ ਸੀ ਕਿਸੇ ਤਰ੍ਹਾਂ। ਉਦੋਂ ਬਾਅਦ ਰਜਿੰਦਰਾ ਲੈ ਕੇ ਗਏ ਜੀ, ਰਜਿੰਦਰ ਵਾਲਿਆਂ ਨੇ ਐਮਰਜੈਂਸੀ ਵਾਲਿਆਂ ਨੇ ਵਾਰਡ 'ਚ ਭੇਜਤਾ, ਵਾਰਡ ਵਾਲਿਆਂ ਨੇ ਹੱਡੀਆਂ ਵਾਲਿਆਂ ਦੇ ਭੇਜਤਾ, ਹੱਡੀਆਂ ਵਾਲਿਆਂ ਨੇ ਫਿਰ ਐਮਰਜੈਂਸੀ ਭੇਜਤਾ। 2 ਘੰਟੇ ਕੋਈ ਕੇਅਰ ਨਹੀਂ ਕਰੀ ਉੱਥੇ, ਜੇ ਫਸਟ ਏਡ ਮਿਲ ਜਾਂਦੀ ਐਮਰਜੈਂਸੀ ਤਾਂ ਸ਼ਾਇਦ ਬਚ ਜਾਂਦਾ ਜੀ ਵਿਚਾਰਾ। ਮੰਗ ਤਾਂ ਸਰਕਾਰ ਤੋਂ ਕਰਦੇ ਹਾਂ ਜੀ, ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਜੀ। ਬਾਕੀ ਜਿਹੜੇ ਡਾਕਟਰ ਨੇ ਜਿਹਨਾਂ ਨੇ ਨਹੀਂ ਕਾਰਵਾਈ ਕਰੀ ਜੀ, ਕੋਈ ਐਕਸ਼ਨ ਨਹੀਂ ਕੀਤਾ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਸਸਪੈਂਡ ਹੋਣੇ ਚਾਹੀਦੇ ਨੇ ਸਾਰੇ। ਕੱਲ੍ਹ ਨੂੰ ਕੋਈ ਹੋਰ ਦਾ ਬੱਚਾ ਵੀ ਕੁਛ ਸਾਹਮਣ ਜੀ, ਉੱਥੇ ਬਹੁਤ ਜ਼ਿਆਦਾ ਇਹਨਾਂ ਨੂੰ ਸਰਕਾਰ ਨੂੰ ਤਾਂ ਮਾਰਨਾ ਚਾਹੀਦਾ ਜੀ, ਕਿਉਂਕਿ ਬੱਚੇ ਛੋਟੇ ਖੇਡਦੇ ਨੇ ਜੀ, ਵੱਡਿਆਂ ਨੂੰ ਵੀ ਪੈਂਦੇ ਨੇ ਜੀ। ਤਾਂ ਇੱਕ ਪਿੰਡ ਦੇ ਵਿੱਚ ਪਹਿਲਾਂ ਵੀ ਸਾਡੇ ਦੀ ਇੱਕ ਡੈਥ ਹੋਈ ਹੈ ਜੀ, ਪਹਿਲਾਂ ਇੱਥੇ ਡੰਗਰ ਵੀ ਖਾ ਗਏ ਸੀ। ਹਾਂਜੀ ਮਹਿੰਦਰ, ਹਾਂਜੀ ਨਹੀਂ ਉਹ ਸਾਰੇ ਹੀ ਖਾ ਗਏ ਸੀ ਜੀ ਉਹਨੂੰ ਵੀ। ਹਾਂਜੀ ਉਹਨਾਂ ਨੂੰ ਵੀ ਕੋਈ ਮਦਦ ਮਿਲੀ ਪਰਿਵਾਰ ਨੂੰ? ਨਹੀਂ ਉਹਨਾਂ ਨੂੰ ਕੋਈ ਨਹੀਂ ਮਿਲੀ ਸੀ ਜੀ।